ਸੋ ਆਨੰਦਪੁਰ ਸਾਹਿਬ ਦੇ ਵਿੱਚ ਜੋ ਘਟਨਾ ਹੋਈ, ਇੱਕ ਨਿਹੰਗ ਦਾ ਕਤਲ ਕਰ ਦਿੱਤਾ ਗਿਆ, ਉਹ ਖਬਰ ਸ਼ਾਇਦ ਸਾਰਿਆਂ ਨੇ ਸੁਣੀ ਲਈ ਹੋਊਗੀ। ਪਰ ਸੋ ਆਨੰਦਪੁਰ ਸਾਹਿਬ ਦੇ ਮੇਲੇ ਦੇ ਉੱਤੇ ਜਾ ਕੇ ਕੀ ਕੁਝ ਕਰਦੇ ਨੇ ਲੋਕ, ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਧਾਰਮਿਕ ਸ਼ਰਧਾ ਦੇ ਨਾਲ ਉਹ ਇਸ ਮੇਲੇ ਦੇ ਉੱਤੇ ਜਾਂਦੇ ਨੇ। ਸੋ ਇਹੀ ਬੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪ੍ਰਦੀਪ ਸਿੰਘ। ਦੇਖੋ ਇਹ ਸਾਰੀ ਵੀਡੀਓ। ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਕਿ ਅਸ਼ਲੀਲ ਗਾਣੇ ਲਾ ਕੇ ਅਤੇ ਧਾਰਮਿਕ ਮੇਲੇ ਦਿੱਤੇ ਜਾ ਰਹੇ ਨੇ? ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ।